ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਯੋਗ ਅਗਵਾਈ ਵਿੱਚ ਸਾਡੀ ਐਸ ਐਸ ਪੀ ਸੀ ਰਹੀ ਡੈਮਾ ਗੁਰਦਾਸਪੁਰ ਜੀ ਦੀਆਂ ਨਿਰਦੇਸ਼ ਦੇ ਮੁਤਾਬਕ ਸਾਰੇ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਅਲੱਗ ਅਲੱਗ ਸਾਡੂਵੀਰਾਂ ਵਿੱਚ ਜਿਹੜੇ ਹੈਗੇ ਫਲੈਗ ਮਾਰਚ ਕੱਢੇ ਜਾ ਰਹੇ ਨੇ। ਸੋ ਇਸੇ ਲੜੀ ਤਹਿਤ ਜਿਹੜਾ ਸਿਟੀ ਗੁਰਦਾਸਪੁਰ ਦੇ ਏਰੀਏ 'ਚ ਅਸੀਂ ਜਿਹੜੇ ਫਲੈਗ ਮਾਰਚ ਆ ਇਹ ਅਸੀਂ ਕੰਟੀਨਿਊ ਕਰ ਰਹੇ ਹਾਂ। ਸੋ ਮੇਨ ਜਿਹੜੀ ਹੈਗੀ ਹੈ ਇਹਦਾ ਪਰਪਜ਼ ਹੈ ਜਿਹੜਾ ਲੈਂਡ ਆਰਡਰ ਇੱਕ ਜਿਹੜਾ ਸਿਟੀ ਏਰੀਏ ਵਿੱਚ ਖਾਸ ਕਰਕੇ ਜਿਹੜੀਆਂ ਕੋਈ ਛੋਟੀ ਮੋਟੀਆਂ ਇੰਸੀਡੈਂਟਸ ਵਾਰਦਾਤਾਂ ਹੋ ਰਹੀਆਂ ਨੇ ਸਨੈਚਿੰਗ ਦੀਆਂ ਜਾਂ ਹੋਰ ਕੋਈ ਚੋਰੀ ਦੀਆਂ ਵਾਰਦਾਤਾਂ ਉਹਨਾਂ ਨੂੰ ਪ੍ਰਿਵੈਂਟ ਕਰਨ ਲਈ, ਉਹਨੂੰ ਡਿਟੈਕਟ ਕਰਨ ਲਈ ਇਹ ਚੀਜ਼ ਕਾਫੀ ਰਿਲਾਇਬਲ ਹੈ। ਇਸ ਤੋਂ ਇਲਾਵਾ ਜਿਹੜੀ ਮੇਨ ਜਿਹੜਾ ਹੈਗਾ ਇਲੈਕਸ਼ਨ ਜਿਹੜੀ ਆ ਰਹੀ ਪੰਚਾਇਤੀ ਇਲੈਕਸ਼ਨ ਉਹਨੂੰ ਸਹੀ ਅਮਨ ਮਾਨ ਤਰੀਕੇ ਨਾਲ ਨਿਪਰੇ ਚਾੜਨ ਲਈ ਜਿਹੜਾ ਹੈਗਾ ਫਲੈਗ ਮਾਰਚ ਹਰੇਕ ਤਹਿਸੀਲ ਜਾਂ ਸਾਡੇ ਡਿਸਟ੍ਰਿਕਟ ਕੱਢੇ ਜਾ ਰਹੇ ਨੇ। ਸੋ ਜਿਹੜਾ ਮੇਨ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜੀ ਇਸ ਇਲੈਕਸ਼ਨ ਨੂੰ ਸਹੀ ਤਰੀਕੇ ਨਾਲ ਨਿਪਰੇ ਚਾੜਨ ਲਈ ਔਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਅਮਨ ਮਾਲ ਬਹਾਲ ਰੱਖਣ ਲਈ ਕਿਸੇ ਵੀ ਤਰ੍ਹਾਂ ਦੇ ਮਾੜੇ ਅਨਸਰਾਂ ਨੂੰ ਦੇ ਪ੍ਰਤੀ ਸੁਚੇਤ ਰਹਿਣ ਔਰ ਕਿਸੇ ਦੇ ਬਹਿਕਾਵੇ ਵਿੱਚ ਆਉਣ ਦੀ ਲੋੜ ਨਹੀਂ। ਆਪਣੇ ਉਹ ਸਹੀ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਵਿੱਚ ਜੇ ਕੋਈ ਬੰਦਾ ਕੋਈ ਪਾਰਟੀਸਪੇਟ ਕਰਦਾ ਤਾਂ ਤੁਰੰਤ ਪੁਲਿਸ ਨੂੰ ਅਤਲਾਹ ਦੇਣ। ਸਾਡੇ ਸ਼ਹਿਰ ਦੇ ਵਿੱਚ ਤਕਰੀਬਨ 3 ਜਗ੍ਹਾ 'ਤੇ ਜਿਹੜਾ ਹੈਗਾ ਮੇਨ ਜਿਹੜਾ ਦੁਸਹਿਰੇ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ। ਸੋ ਉਸੇ ਤਹਿਤ ਜਿਹੜੀ ਫੋਰਸ ਹੈ ਅਸੀਂ ਸ਼ਹਿਰ ਦੇ ਵਿੱਚੋਂ ਜਿਹੜਾ ਮੇਨ ਸ਼੍ਰੀ ਗੁਰਦਾਸਪੁਰ ਦਾ ਏਰੀਆ ਪੈਂਦਾ ਹੈਗਾ ਉੱਥੇ ਫੋਰਸ ਤਕਰੀਬਨ ਕੋਈ 100-150 ਦੇ ਕਰੀਬ ਬੰਦਾ ਜਿਹੜਾ ਹੈਗਾ ਅਲੱਗ ਅਲੱਗ ਜਗ੍ਹਾ 'ਤੇ ਅਸੀਂ ਲਾਇਆ ਗਿਆ। ਉਹ ਸਹੀ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਦੁਸਹਿਰੇ ਦਾ ਤਿਉਹਾਰ ਹੈ ਅਮਨ ਮਾਨ ਨਾਲ ਕੰਪਲੀਟ ਹੋ ਸਕੇ। ਸੋ ਅਸੀਂ ਨਹੀਂ ਸਾਰੇ ਸ਼ਹਿਰ ਨੂੰ ਪ੍ਰੋਪਰ ਅਸੀਂ ਅਲੱਗ ਅਲੱਗ ਡਾਇਰੈਕਸ਼ਨ ਤੋਂ ਜਿਹੜਾ ਹੈਗਾ ਕੁਛ ਜ਼ੋਨ ਬਣਾ ਕੇ ਬਾਈਫਰਕੇਟ ਕੀਤਾ ਗਿਆ, ਲੇਕਿਨ ਸਾਰੇ ਉਹ ਜਿਹੜੇ ਅਸੀਂ ਏਰੀਏ ਜਿੱਥੇ ਅਸੀਂ ਪ੍ਰੋਗਰਾਮ ਹੋਣਾ ਹੈਗਾ ਦੁਸਹਿਰੇ ਦਾ ਅਸੀਂ ਉਹਨੂੰ ਪ੍ਰੋਪਰ ਇਸ ਚੀਜ਼ ਨੂੰ ਕਵਰ ਕਰਕੇ ਜਿੱਥੇ ਕੋਈ ਮਾੜੇ ਅੰਸਰ ਜਿਹੜੇ ਹੈਗਾ ਇਸ ਤਰ੍ਹਾਂ ਦੀ ਵਿਸ਼ਾਰਤਬਾਜ਼ੀ ਨਮਲਬਾਜ਼ੀ ਨਾ ਕਰਨ ਉਹ ਬੈਰੀਕੇਟਿੰਗ ਵਗੈਰਾ ਜਾਂ ਹੋਰ ਨਾਕੇਬੰਦੀ ਲਾ ਕਰਕੇ ਇਸ ਚੀਜ਼ ਨੂੰ ਅਸੀਂ ਕਵਰ ਕਰਾਂਗੇ। ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ, ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ। ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ।